ਪੀਅਰਸ ਵੈਲਕਮ ਬੈਕ ਔਰ ਪ੍ਰੋਗਰਾਮਸ ਔਰ ਵੀਅਰਸ ਅਨਵਲ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਅਕਾਲੀ ਦਲ ਅੱਤੇ ਰੋਮਨੀ ਕਮੇਟੀ ਦੀ ਹਾਲਤ ਇਹ ਹੋਈ ਹੋਈ ਹੈ ਕਿ ਅੰਮ੍ਰਿਤਸਰ ਦਾ ਡੀਸੀ ਜਾਂ ਹਰਿਆਣੇ ਦਾ ਮੁੱਖ ਮੰਤਰੀ ਜਾਂ ਦਿੱਲੀ ਸਰਕਾਰ ਉਹਨਾਂ ਨੂੰ ਮੁਲਾਕਾਤ ਦਾ ਸਮਾਂ ਨਹੀਂ ਦੇ ਰਹੀ ਇਹ અપਮਾਨਜਨਕ ਹਾਰਤ ਲਈ ਕੌਣ ਜ਼ਿੰਮੇਵਾਰ ਹੈ ਇਸ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਵਿਚਾਰਾਂ ਨੂੰ ਪਾਈ ਜਾਏਗੀ ਸੋ ਅਸੀਂ ਚਾਹਾਂਗੇ ਕਿ ਤੁਸੀਂ ਅਣ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣ ਲੈ ਐਂ ਲਿਖਣ ਲਈ ਤੁਹਾਡਾ ਸਬਦ ਆਪੋ ਹੋ ਸ਼ੁਕਰੀਆ ਜੀ ਰਾਸਬ ਕੀ ਕਹਿਣਾ ਚਾਹੋਗੇ ਅ ਦੇਖੋ ਗਲ ਤਾਂ ਆਪੇ ਫਾਥੜੀਏ ਤੈਨੂੰ ਕੌਣ ਛਡਾਏ ਜੀ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ ਬਿਲਕੁਲ ਹੁਣ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ ਇਹ ਗੁਰਬਾਣੀ ਦੀ ਧੁੱਕ ਹੈ ਔਰ ਜ਼ਾਰ ਹੈ ਕਿ ਆਪੇ ਫਾਥੜੀਏ ਤੈਨੂੰ ਕੌਣ ਛਡਾਏ ਇਹ ਸਾਡਾ ਕਹਿਣਾ ਹੈ ਬਿਲਕੁਲ ਕਿ ਜਦੋਂ ਤੁਸੀਂ ਕਿਸੇ ਗਿਰਾਵਟ ਦੇ ਵਿੱਚ ਆਪ ਹੀ ਜਿਹੋ ਦੇ ਲਈ ਜ਼ਿੰਮੇਵਾਰ ਹੁੰਦੇ ਹੋ ਤਾਂ ਫੇਰ ਕਿਸੇ ਨੂੰ ਦੋਸ਼ ਦੇਣਾ ਨਹੀਂ ਬਣਦਾ ਔਰ ਇਸ ਗੱਲ ਦਾ ਧਿਆਨ ਰਹੇ ਔਰ ਇਸੇ ਗੱਲ ਨੂੰ ਗੁਰੂ ਸਾਹਿਬ ਨੇ ਬਾਰ-ਬਾਰ ਯਾਦਹਾਣੀ ਕਰਵਾਈ ਕਿ ਭਾਈ ਜਦੋਂ ਤੁਸੀਂ ਆਪ ਬਾਗੈਰਤ ਨਹੀਂ ਹੁੰਦੇ ਅਣਖ ਚ ਨਹੀਂ ਹੁੰਦੇ ਆਪ ਤੁਸੀਂ ਡਿਗਦੇ ਹੋ ਤੁਸੀਂ ਪਥਤ ਪੁਣੇ ਚ ਹੁੰਦੇ ਹੋ ਕਮਜ਼ੋਰੀਆਂ ਦਾ ਸ਼ਿਕਾਰ ਹੁੰਦੇ ਹੋ ਤੇ ਫੇਰ ਅਲਟੀਮੇਟਲੀ ਤੁਹਾਡੀ ਨਾ ਕੋਈ ਪੱਤ ਰਹਿੰਦੀ ਹੈ ਨਾ ਤੁਹਾਡਾ ਕੋਈ ਸਫੈਮਾਨ ਹੁੰਦਾ ਹੈ ਨਾ ਤੁਹਾਡੀ ਕੋਈ ਪੁੱਛਗਿੱਛ ਹੁੰਦੀ ਔਰ ਇਹ ਇੱਕ ਵਰਤਾਰਾ ਹੈ ਸਮਾਜ ਦਾ ਅਸੀਂ ਤਾਂ ਬਹੁਤ ਵਾਰ ਪੈਸੇ ਨਾਲ ਜੋੜ ਕੇ ਹੀ ਕਹਿੰਦੇ ਆ ਕਿ ਜੇ ਜੇ ਪੈਸਾ ਹੈ ਤਾਂ ਇੱਜ਼ਤ ਹੈ ਨਹੀਂ ਇਹ ਵੀ ਨਹੀਂ ਹੁੰਦਾ اخلاق ਵੀ ਹੁੰਦਾ ਜਿਹੜੇ ਲੋਕ ਬਿਨਾ ਪੈਸੇ ਤੋਂ ਵੀ ਹੁੰਦੇ ਨੇ ਜੇ ਉਹਨਾਂ ਦਾ اخلاق ਹੈ ਉਹਨਾਂ ਦੀ ਗੈਰਤ ਹੈ ਉਹਨਾਂ ਦੀ ਟਾਈਮ ਮੌਜੂਦ ਹੈ ਲੋਕ ਉਹਨੂੰ ਵੀ ਐਡਮਾਇਰ ਕਰਦੇ ਨੇ ਕਿ ਭਾਈ ਦੇਖੋ ਭਾਵੇਂ ਬੰਦਾ ਲੱਖ ਤੋਂ ਕੱਖ ਤੇ ਆ ਗਿਆ ਪਰ ਉਸਨੇ ਹੌਸਲਾ ਨਹੀਂ ਛੱਡਿਆ ਜਾਂ ਉਸਨੇ ਆਪਣੀ ਗੈਰਤ ਨਹੀਂ ਛੱਡੀ ਹੁਣ ਉਹ ਅਖਾਲੀ ਦਲ ਜਿਸ ਦਾ ਕਿਉਂਕਿ ਜਦੋਂ ਅੱਜ ਮੈਂ ਇਹ ਖਬਰ ਵੀ ਦੇਖੀ ਕਿ ਜੀ ਅਖਾਲ ਤਖਤਾ ਜਥੇਦਾਰ ਕਹਿ ਰਿਹਾ ਕਿ ਜੀ ਕਨਵਰਸ਼ਨਸ ਹੋ ਰਹੀਆਂ ਨੇ ਔਰ ਪੰਜਾਬ ਗਵਰਨਮੈਂਟ ਇਸ ਦੇ ਤੇ ਕੋਈ ਐਕਟ ਨਹੀਂ ਕਰ ਰਹੀ ਉਸ ਤੋਂ ਕੁਝ ਦਿਨ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮਿਸਟਰ ਸਰਤਾਮੀ ਉਹਨਾਂ ਨੇ ਕਿਹਾ ਸੀ ਕਿ ਜੀ ਅਸੀਂ ਹਰਿਆਣਾ ਸਰਕਾਰ ਤੋਂ ਵੀ ਮਿਲਣ ਦੇ ਲਈ ਟਾਈਮ ਮੰਗਿਆ ਹੈ ਜਿਹੜੀ ਹਰਿਆਣਾ ਕਮੇਟੀ ਅੱਡ ਬਣਾਈ ਹੈ ਦਿੱਲੀ ਵਾਲਾ ਉਹਨਾਂ ਨੇ ਸਾਨੂੰ ਟਾਈਮ ਹੀ ਨਹੀਂ ਦਿੱਤਾ ਹੈ। ਹਰਿਆਣਾ ਕਮੇਟੀ ਬਣਨ ਤੋਂ ਬਾਅਦ ਜਿਹੜੀ ਸੁਪਰੀਮ ਕੋਰਟ ਨੇ ਜਿਹਦਾ ਕਲੀਅਰੈਂਸ ਦਿੱਤੀ ਫਾਈਨਲੀ ਇਹ ਜਦੋਂ ਸ਼੍ਰੋਮਣੀ ਕਮੇਟੀ ਦੇ ਸੈਂਕੜੇ ਆਪਣੇ ਮੁਲਾਜ਼ਮ ਹੀ ਲਾ ਜਾਂਦੇ ਨੇ ਆ ਹੋਰ ਤਾਂ ਇਹਨਾਂ ਦੇ ਕਹਿਣ ਤਾਂ ਹੁਣ ਕੌਣ ਆਉਂਦਾ ਹੈ। ਦਿੱਲੀ ਅਮਰਸਰ ਧਰਨੇ ਤੇ ਗਏ ਡੀਸੀ ਦੇ ਦਫ਼ਤਰ ਦੇ ਬਾਹਰ ਤੇ ਡੀਸੀ ਨਹੀਂ ਆਇਆ ਮਿਲਣ ਲਈ। ਉਹਨਾਂ ਨੇ ਜਿਹੜਾ ਕੋਈ ਹੋਰ ਐਵੇਂ ਉੱਥੇ ਤੁਰਿਆ ਫਿਰਦਾ ਸੀ ਐਡੀਸ਼ਨਲ ਜਾ ਉਹਨੂੰ ਕਿਹਾ ਤੂੰ ਫੜ ਲੈ ਮੈਮੋਰੰਡਮ ਇਹ ਬਹਿ ਗਿਆ ਔਰ 3 ਘੰਟੇ ਬਾਅਦ ਡੀਸੀ ਆਇਆ ਉਹਨੂੰ ਹੁਣ ਜਿੱਥੇ ਇਸ ਲੈਵਲ ਤੱਕ ਗੱਲ ਜਾਇਆ ਔਰ ਜਦੋਂ ਮੈਂ ਇਹ ਦੋਵੇਂ ਤਿੰਨੇ ਖਬਰਾਂ ਦੇਖਦਾ ਹਾਂ ਅੱਜ ਹੀ ਸਾਡੇ ਮਿੱਤਰ ਅਸਾਰ ਜੀਸੀ ਸਿੰਘ ਹਿਊਸਟਨ ਉਹਨਾਂ ਨਾਲ ਵੀ ਗੱਲਬਾਤ ਹੋ ਰਹੀ ਸੀ ਸੋ ਉਹਨਾਂ ਨੇ ਵੀ ਕਿਹਾ ਕਿ ਭਾਈ ਕਿਸ ਹੱਦ ਤੱਕ ਇਹ ਜਿਹੜੀ ਹੈ ਡਿਕਲਾਈਨ ਹੋਇਆ ਤੇ ਮੈਂ ਜਦੋਂ ਇਹ ਅੱਜ ਹੁਣ ਪ੍ਰੋਗਰਾਮ ਵੀ ਕਰ ਰਹੇ ਹਾਂ ਜਾਂ ਇਸ ਇਸ਼ੂ ਤੇ ਗੱਲ ਕਰ ਰਹੇ ਹਾਂ ਤੇ ਮੇਰੇ ਸਾਹਮਣੇ 1929 ਇਕਦਮ ਆਲਮੋਸਟ 100 ਸਾਲ ਪਹਿਲਾਂ ਦਾ ਉਹ ਨਜ਼ਾਰਾ ਵੀ ਹੈ ਹਨ ਉਸ ਤੋਂ ਪਹਿਲਾਂ ਵੀ ਕਿ ਕਿੱਥੇ ਜਦੋਂ ਚਾਬੀਆਂ ਦਾ ਮੋਰਚਾ ਪੰਥ ਫਤਿਹ ਕਰਦਾ ਹੈ ਜੀ ਗਾਂਧੀ ਜਿਹੜਾ ਕਿ ਉੱਥੋਂ ਲਿਆ ਕੇ ਲੈਂਡ ਕਰਵਾਇਆ ਗਿਆ ਸੀ ਸਾਊਥ ਅਫਰੀਕਾ 16-17 ਸਾਲ ਰਹਿਣ ਤੋਂ ਬਾਅਦ ਉਹ ਟੈਲੀਗ੍ਰਾਮ ਕਰ ਰਿਹਾ ਉਸ ਵੇੜੇ ਦੇ ਅਕਾਲੀ ਦਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਾਬਾ ਖੜਕ ਸਿੰਘ ਜੀ ਕੰਗ੍ਰੈਚੁਲੇਸ਼ਨਸ you have won the first battle for freedom of india हुँ. and now please liberate india also is kis kis de odi shabdavani si utar payi hunde si june 84 de kallu kare vele to chukke kyunki oh show karda si ki oh kiven bebassan british samrajya de samne aur sikhan ne usi shromani committee aur akali dal ne oh ladai jitthi si aur gurdwara sudhar lahar jehdi hai oh angrezan de layi bahut wadda setback si ਉਹਨਾਂ ਦੀ ਜਿਹੜੀ ਪਾਵਰ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ 1929 ਚ ਰਵੀ ਦੇ ਕੰਡੇ ਨਹਿਰੂ ਮੋਤੀ ਲਾਲ ਨਹਿਰੂ ਗਾਂਧੀ ਇਹਨਾਂ ਨੇ ਪੂਰਨ ਸੁਤੰਤਰਤਾ ਦਾ ਐਲਾਨ ਕੀਤਾ ਸਿੱਖਾਂ ਨੇ ਪਾਰਟਿਸਪੇਟ ਨਹੀਂ ਕੀਤਾ ਕਿਉਂਕਿ ਉਸ ਤੋਂ ਪਹਿਲਾਂ ਕੰਟਰੋਵਰਸੀ ਸੀ ਜਿਹੜਾ ਮੋਤੀ ਲਾਲ ਨਹਿਰੂ ਰਿਪੋਰਟ ਆਈ ਸਿੱਖਾਂ ਦੀ ਆਰਡ ਆਇਡੈਂਟੀਟੀ ਤੇ ਸਵਾਲ ਚੁੱਕੇ ਗਏ ਸੀ ਝੰਡੇ ਦੇ ਮਾਮਲੇ ਚ ਵੀ ਕੋਈ ਸਿੱਖਾਂ ਦੀ ਉਹਦੇ ਚ ਕੰਸੈਂਟ ਨਹੀਂ ਸੀ ਤੇ ਸਿੱਖਾਂ ਨੇ ਉਹਦੇ ਚ ਪਾਰਟਿਸਪੇਟ ਨਹੀਂ ਕੀਤਾ ਉਹਨਾਂ ਦੇ ਉਹ ਸਾਰੇ ਜੀ ਔਰ ਉਹਨਾਂ ਨੂੰ ਇਹ ਨਜ਼ਰ ਆਇਆ ਕਿ ਜੇ ਪੰਜਾਬ ਜਾਂ ਸਿੱਖ ਸਾਡੇ ਨਾਲ ਨਹੀਂ ਖਲੋਣਗੇ ਤੇ ਅਸੀਂ ਤਾਂ ਲੜਾਈ ਲਾੜੀ ਨਹੀਂ ਸਕਦੇ ਮੋਤੀ لال ਨਹਿਰੂ ਗਾਂਧੀ ਇਹ ਸਾਰੇ ਖੁਦ ਚੱਲ ਕੇ ਬਾਬਾ ਖੜਕ ਸਿੰਘ ਉਹਨਾਂ ਦੇ ਘਰ ਆਏ ਔਰ ਉਹਨਾਂ ਨੂੰ ਮੈਸੇਜ ਤਾਂ ਮਿਲਿਆ ਕਿ ਉਹ ਆ ਰਹੇ ਨੇ ਉਹ ਘਰ ਦੇ ਬਾਹਰ ਵੀ ਨਹੀਂ ਗਏ ਰਿਸੀਵ ਕਰਨੇ ਇਹ ਦੱਸਣ ਦੇ ਲਈ ਕਿ ਵੀ ਤੁਹਾਡੀ ਔਕਾਤ ਕੀ ਹੈ ਤੁਸੀਂ ਉਹ ਖੁਦ ਅੰਦਰ ਆਏ ਔਰ ਉੱਥੇ ਉਸ ਉਹਨਾਂ ਨਾਲ ਮੀਟਿੰਗ ਤੋਂ ਉਹਨਾਂ ਨੇ ਦੱਸਿਆ ਉਹਨਾਂ ਨੇ ਕਿਹਾ ਜੀ ਅਸੀਂ ਜਿਹੜਾ ਉਹ ਤੁਹਾਡੇ ਨਾਲ ਨਹੀਂ ਚੱਲ ਸਕਦੇ ਔਰ ਇਹ ਉਹ ਮੁਕਾਮ ਹੈ ਜਿੱਥੇ ਪ੍ਰੈਸ ਕਾਨਫਰੰਸ ਕਰਕੇ ਗਾਂਧੀ ਔਰ ਇਹਨਾਂ ਨੇ ਕਿਹਾ ਕਿ ਨੋ ਕਨਸਟੀਟਿਊਸ਼ਨ ਇਨ ਇੰਡੀਆ ਵਿਲ ਬੀ ਐਕਸੈਪਟਡ ਵਿਚ ਵੋਂਟ ਬੀ ਐਕਸੈਪਟੇਬਲ ਟੂ ਦ ਸਿਕਸ ਕਿ ਕੋਈ আইন ਭਾਰਤ ਚ ਬੰਨਿਆ ਨਹੀਂ ਜਾਏਗਾ ਜਿਹੜਾ ਸਿੱਖਾਂ ਨੂੰ ਮਨਜ਼ੂਰ ਨਾ ਹੋਏ ਇਹ ਤਾਕਤ ਉਦੋਂ ਜਦੋਂ ਅਜੇ ਬ੍ਰਿਟਿਸ਼ ਬੈਠੇ ਨੇ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਦੀ ਇਹ ਸੀ ਔਰ ਇਹੀ ਵਰਤਾਰਾ ਸੀ 47 ਤੋਂ ਬਾਅਦ ਵੀ ਦੇਖਦੇ ਹਾਂ ਬੇਸ਼ੱਕ 47 ਸਾਡੀ ਲੀਡਰਸ਼ਿਪ ਨੇ ਬਲੰਡਰ ਕੀਤਾ ਪਰ 1950ਆਂ ਵਿੱਚ ਮਾਸਟਰ ਤਾਰਾ ਸਿੰਘ ਦੀ ਕਮਾਂਡ ਚ ਅਕਾਲੀ ਦਲ ਇੰਨਾ ਸਟਰੋਂਗ ਸੀ ਔਰ ਉਸ ਦਾ ਇੱਕ ਸਬੂਤ ਸੀ ਕਿ ਅਕਾਲੀ ਦਲ ਨਾ ਕਾਂਗਰਸ ਨੇ ਆਪਣੀ ਕੈਨੂਅਲ ਕਾਨਫਰੰਸ 1955 ਦੀ ਗੱਲ ਹੋਏਗੀ 1955 ਦੀ ਅੰਮ੍ਰਿਤਸਰ ਚ ਰੱਖ ਲਈ ਨਹਿਰੂ ਨੇ ਹੋਣਾ ਸੀਗਾ ਅੱਛਾ ਔਰ ਅਕਾਲੀਆਂ ਨੇ ਦੱਸਣ ਲਈ ਕਿਉਂਕਿ ਉਹ ਤਾਂ ਆਪਣੇ ਵੱਲੋਂ ਚੈਲੰਜ ਸੀ ਸਿੱਖਾਂ ਨੂੰ ਵੀ ਤੁਹਾਡੀ ਕੈਪੀਟਲ ਅੰਮ੍ਰਿਤਸਰ ਚ ਰੱਖ ਰਹੇ ਆ ਔਰ ਦੂਜੇ ਅਕਾਲੀਆਂ ਨੇ ਵੀ ਉਸੇ ਦਿਨ ਦੀ ਪੈਰਲਲ ਕਾਨਫਰੰਸ ਅੰਮ੍ਰਿਤਸਰ ਚ ਰੱਖ ਲਈ ਔਰ ਉਸ ਜ਼ਮਾਨੇ ਦੇ ਅਖਬਾਰ ਨਿਊਯਾਰਕ ਟਾਈਮ ਸ਼ਿਕਾਗੋ ਟਾਈਮਜ਼ ਗਾਰਡੀਅਨ ਕੱਢੇ ਜਾ ਸਕਦੇ ਨੇ 5 ਲੱਖ ਸਿੱਖ ਅਕਾਲੀਆਂ ਦੇ ਔਰ ਮਾਸਤਾਰਾ ਸਿੰਘ ਨੂੰ ਹਾਥੀ ਤੇ ਬਿਠਾਇਆ ਇੱਕ ਪਾਸੇ ਕਿਉਂਕਿ ਨੀਲੀਆਂ ਕਾਲੀਆਂ ਪੱਗਾਂ ਅਕਾਲੀ ਬੰਦ ਐ ਸੀ ਹੁਣ ਤਾਂ ਰੰਗ ਬਰੰਗੀਆਂ ਹੋ ਗਈਆਂ ਇੱਕ ਸਿਰਾ ਬਟਾਲੇ ਸੀ ਦੂਜਾ ਸਿਰਾ ਅਟਾਰੀ ਤੱਕ ਮੌਜੂਦ ਸੀ ਔਰ ਅਜੇ ਵੀ ਲੋਕ ਆ ਰਹੇ ਸੀ ਇਸ ਲੈਵਲ ਦੇ ਉੱਤੇ ਜਿਹੜਾ ਉਹ ਅਕਾਲੀਆਂ ਦਾ 5 ਲੱਖ ਦਾ ਸੀ ਤਾਂ ਇਹਨਾਂ ਦੀ ਜਿਹੜੀ ਸੀ ਉਹ ਜਲੂਸ ਨਹੀਂ ਸੀ ਉਹ ਜਲਸੀ ਸੀ ਨਹਿਰੂ ਉਹਨੇ ਉਹ ਵੀ ਹੋਇਆ ਔਰ ਉਸ ਪੀਰੀਅਡ ਚ ਅੰਮ੍ਰਿਤਸਰ ਚ ਖਲੋਕ ਇਹ ਕਹਿੰਦਾ ਕਿ ਜੀ ਹਮ ਮਾਸਟਰ ਜੀ ਔਰ ਮਾਸਟਰ ਜੀ ਕੀ ਕੌਮ ਕੀ ਕਦਰ ਕਰਤੇ ਹਮ ਇਹ ਤਾਕਤ ਦਾ ਇਹ ਵਖਰੀ ਗੱਲ ਹੈ ਕਿ ਭਾਈ ਜਦੋਂ ਤੱਕ ਪੰਜਾਬੀ ਸੂਬਾ ਬਣਦਾ ਹੈ ਜਾਂ ਇੰਦਰਾ ਗਾਂਧੀ ਦਾ ਕਿਵੇਂ ਉਹਨਾਂ ਨੇ ਵਿਦੇਨ ਅਕਾਲੀਆਂ ਦੇ ਸੰਤ ਫਤਿਹ ਸਿੰਘ ਨੂੰ ਖੜਾ ਕੀਤਾ ਜਾਂ ਉਹ ਸਾਰੀ ਇੱਕ ਵਖਰੀ ਕਹਾਣੀ ਹੈ ਪਰ ਮੈਂ ਜਦੋਂ ਮੈਂ ਇਹ ਦੇਖਿਆ ਕਿ ਵੀ ਉਹ ਕਹਿ ਰਿਹਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਿ ਜੀ ਸਾਨੂੰ ਤਾਂ ਡੀਸੀ ਵੀ ਨਹੀਂ ਮਿਲਣ ਆਉਂਦਾ ਹਰਿਆਣੇ ਵਾਲੇ ਵੀ ਸਾਨੂੰ ਵਕਤ ਨਹੀਂ ਦਿੰਦੇ ਦਿੱਲੀ ਵਾਲੇ ਇਹ ਹੁੰਦਾ ਹੈ ਕਿ ਔਰ ਸਵਾਲ ਇਹ ਹੁੰਦਾ ਹੈ ਵੀ ਇਸ ਸਭ ਲਈ ਕੌਣ ਜ਼ਿੰਮੇਵਾਰ ਕੌਮਤਾ ਉਹੀ ਹੈ ਅੱਜ ਵੀ ਉਹੀ ਕੌਮ ਜਿਹਨੇ ਜ਼ਿੰਦਗੀਆਂ ਦੇ ਨਜ਼ਰਾਨੇ ਦਿੱਤੇ ਨੇ ਕੌਮੀ ਆਜ਼ਾਦੀ ਦੇ ਲਈ ਲੱਖ ਡੇਢ ਲੱਖ ਪੁੱਤਰ ਪੁੱਤਰੀਆਂ ਜਿਹੜੇ ਕੁਰਬਾਨ ਹੋਏ ਉਸੇ ਧਰਤੀ ਤੋਂ ਨਿਕਲੇ ਪਰ ਅੱਜ ਕੀ ਕਾਰਨ ਹੈ ਕਿ ਭਾਈ ਤੁਹਾਡੀ ਹੋਂਦ ਅਸੈਂਬਲੀ ਦੇ ਵਿੱਚ ਤਿੰਨ ਐਮਐਲਏ ਰਹਿ ਗਈ ਉਹ ਵੀ ਇੱਕ ਕਿਸੇ ਦਾ ਇੱਕ ਕਿਸੇ ਦਾ ਹੈ ਔਰ ਜਿਹੜਾ ਤੁਹਾਡਾ ਮਨਜਿੰਦਰ ਸਿੰਘ ਈਸੀ ਉਹਨੂੰ ਵੀ ਤੁਸੀਂ ਸ਼ੋਕਾਦ ਨੋਟਿਸ ਦਿੱਤਾ ਆ ਕਿਉਂਕਿ ਤੁਹਾਡੇ ਕਹਿਣ ਮੁਤਾਬਕ ਵੋਟ ਨਹੀਂ ਪਉਂਦਾ ਹੁਣ ਇਸ ਸਾਰੇ ਦੇ ਲਈ ਇਹੀ ਜਿਵੇਂ ਇਹਨਾਂ ਨੇ ਸਿੱਖਾਂ ਦੇ ਨਾਲ ਧੋਖਾ ਮਾਇਆ ਜੀ ਜਿਵੇਂ ਇਹਨਾਂ ਨੇ ਸਿੱਖ ਕਲਚਰ ਨੂੰ ਮੋਗਾ ਕਾਨਫਰੰਸ ਅਕਾਲੀ ਦਲ ਬਾਦਲਾ ਨੇ ਬਾਦਲ ਟੱਬਰ ਸਭ ਤੋਂ ਵੱਡਾ ਗੁਨਾਹਗਾਰ ਹੈ ਇਹਨੂੰ ਪੰਜਾਬੀ ਪਾਰਟੀ ਐਲਾਨਿਆ ਔਰ ਜਿਹੜੀ ਸਭ ਤੋਂ ਵੱਡੀ ਇਹਨਾਂ ਨੇ ਜਿਹਦੇ ਲਈ ਇਹਨਾਂ ਦੇ ਅਜੇ ਖਾਨਦਾਨ ਵੀ ਰੁੱੜਲੇ ਨੇ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਦਵੀਂ ਦੀਆਂ ਘਟਰਾਵਾਂ ਸਵਾਦਾ ਸਾਧ ਨੂੰ ਖੜਾ ਕਰਨਾ ਫਿਰ ਉਹਨੂੰ ਮਾਫੀ ਦੇਣਾ ਫਿਰ ਆ ਜਿਹੜੀ ਹੈ ਸੁਮੇਤ ਸੈਣੀ ਨੂੰ ਅੱਗੇ ਲਾ ਕੇ ਕੀ ਇਹਨਾਂ ਨੇ ਕੀਤਾ ਬੁਰਜਵਾਰ ਚਿਕ ਵਾਲਾ ਚ ਕੀ ਕਿਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਦੀਆਂ ਘਟਾਵਾਂ ਦੇ ਲਈ ਜਿੰਮੇਵਾਰ ਨੇ ਸੋ ਅੱਜ ਇਸ ਹੱਦ ਤੱਕ ਜੇ ਕੋਈ ਹੈ ਤਾਂ ਕੋਈ ਹੋਰ ਨਹੀਂ ਹੈ ਇਹ ਗੱਲ ਦਾ ਧਿਆਨ ਰੱਖੇ ਕਿ ਇਹ ਅਕਾਲ ਪੁਰਖ ਦੀ ਇੰਡੀਵਿਜੂਅਲ ਲਈ ਵੀ ਔਰਗੇਨਾਈਜੇਸ਼ਨ ਲਈ ਵੀ ਜਦੋਂ ਅਸੀਂ ਪੜਦੇ ਹਾਂ ਕਿ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੇ ਸੋ ਇਹਦੇ ਲਈ ਇਹ ਬਾਦਰ ਟੱਬਰ ਔਰ ਇਹ ਸਾਰੇ ਲੋਕ ਜਿਹੜੇ ਮੂੰਚ ਘੁੰਗਣੀਆਂ ਪਾ ਕੇ ਸਿਰਫ ਤੇ ਸਿਰਫ ਆਪਣੇ ਔਦਿਆਂ ਲਈ ਜਾਂ ਕੁਝ ਜਨਾਂ ਦੀ ਅੱਖ ਗੁਰੂ ਕੀ ਗੋਲਕ ਦੇ ਉੱਤੇ ਹੁੰਦੀ ਹੈ ਇਹ ਦੇ ਲਈ ਜ਼ਿੰਮੇਵਾਰ ਨੇ ਔਰ ਕਨਕਲੂਜਨ ਚ ਅਸੀਂ ਰੋਹਾਨੀਅਤ ਦਾ ਮੈਸੇਜ ਜਿਹੜਾ ਗੁਰੂ ਸਾਹਿਬਾਨ ਦਾ ਅਸੀਂ ਹੁਣ ਮਹੱਲਾ 5 ਤੇ ਆ ਗਏ ਕਿਉਂਕਿ ਸ੍ਰੀ ਦਾਸ ਗੁਰੂ ਨਾਨਕ ਸਾਹਿਬ ਦੇ ਸ਼ਬਦ ਮੁਕੰਮਲ ਹੋਏ ਗੁਰੂ ਅਮਰਦਾਸ ਜੀ ਦੇ ਔਰ ਇਹ ਮਹੱਲਾ 5 ਦਾ ਸ਼ਬਦ ਹੈ ਔਰ ਇਹ ਸ਼ਬਦ ਵੀ ਅਕਸਰ ਸਾਡੇ ਬਹੁਤ ਸਾਰੇ ਘਰਾਂ ਦੇ ਵਿੱਚ ਕਈ ਥਾਂ ਵੱਡਾ ਕਰਕੇ ਲਿਖ ਕੇ ਲਾਇਆ ਹੁੰਦਾ ਹੈ ਔਰ ਰਾਗੀ ਸਿੰਘ ਵੀ ਇਹਨੂੰ ਪੜ੍ਹਦੇ ਨੇ। ਸ੍ਰੀ ਰਾਗ ਮਹੱਲਾ ਪੰਜਵਾਂ ਜਾਂ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਨ ਸਾਖ ਵੀ ਭੱਜ ਖਲੇ ਸਭੋ ਪੱਜੈ ਆਸਰਾ ਚੂਕੈ ਸਭ ਅਸਰਾਓ ਚਿਤ ਆਵੈ ਉਸ ਪਾਰ ਬ੍ਰह्म ਲਗੈ ਨ ਤਤੀਵਾਓ ਸਾਹਿਬ ਨਿਤਾਣਿਆਂ ਦਾ ਤਾਣ ਆਏ ਨਾ ਜਾਏ ਫਿਰ ਸਦਾ ਗੁਰ ਸ਼ਬਦੀ ਸੱਚ ਜਾਣ ਰਹਾਓ ਰਹਾਓ ਦੀ ਤੁਕ ਤੋਂ ਵਿਚਾਰ ਸ਼ੁਰੂ ਕਰਦੇ ਆ ਕਿ ਅਕਾਲ ਪੁਰਖ ਵਾਹਿਗੁਰੂ ਨਿਤਾਣਿਆਂ ਦਾ ਤਾਣ-ਤਾਣ ਸੀ ਤਾਕਤ ਨੂੰ ਕਹਿੰਦੇ ਆ ਜਿਹੜਾ ਬਿਲਕੁਲ ਬੇਤਾਕਤ ਹੈ ਉਸ ਦੀ ਤਾਕਤ ਰੱਬ ਹੈ ਔਰ ਉਹ ਵਾਹਿਗੁਰੂ ਜੀਵਨ ਮੌਤ ਦੇ ਚੱਕਰ ਚ ਨਹੀਂ ਆਂਦਾ ਔਰ ਉਸ ਨੂੰ ਗੁਰੂ ਦੇ ਸ਼ਬਦ ਰਾਹੀਂ ਅਸੀਂ ਉਸ ਪਰਮ ਸੱਚ ਨੂੰ जान सकते हैं वो वाइग्रू वो है कि जबों ਸਾਡੇ ਤੇ ਕੋਈ ਐਸੀ ਮੁਸੀਬਤ ਬਣਦੀ ਹੈ ਕਿ ਕੋਈ ਸਾਡਾ ਸਹਾਰਾ ਨਹੀਂ ਬਣਦਾ ਦੁਸ਼ਮਣ ਵੀ ਤਾਂ ਦੁਸ਼ਮਣ ਹੁੰਦਾ ਹੀ ਨੇ ਜਿਹੜੇ ਸਾਖ ਵੀ ਭੱਜ ਖਲੇ ਜਿਹੜੇ ਤੁਹਾਡੇ ਆਪਣੇ ਨੇ ਉਹ ਵੀ ਪਿੱਠ ਦੇ ਜਾਂਦੇ ਨੇ ਸਾਰੇ ਆਸਰੇ ਤੁਹਾਡੇ ਜਿਹੜੇ ਨੇ ਜਿਨ੍ਹਾਂ ਤੇ ਤੁਸੀਂ ਟੇਕ ਰੱਖੀ ਹੁੰਦੀ ਹੈ ਟੁੱਟ ਜਾਂਦੇ ਨੇ ਜੇ ਉਦੋਂ ਅਸੀਂ ਵਾਇਗਰੂ ਦੀ ਸ਼ਰਨ ਲਈਏ ਵਾਇਗਰੂ ਦਾ ਆਸਰਾ ਤੱਕੀਏ ਵਾਇਗਰੂ ਦੇ ਲਾੜ ਲੱਗੀਏ ਤਾਂ ਫਿਰ ਉਸ ਮੁਸੀਬਤ ਚੋਂ ਵੀ ਲਗੇ ਨਾ ਤਤੀਵਾ ਵਾ ਵਾਏ ਗਰੂ ਕਾਡ ਲੈਂਦੇ ਨੇ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ ਦਮੜਾ ਪੱਲਾ ਨਾ ਪਵੇ ਨਾ ਕੋ ਦੇਵੇ ਧੀਰ ਸਵਾਰਥ ਸਵਾਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿਤ ਆਵੇ ਉਸ ਭਾਰ ਭ੍ਰਮ ਤਾਂ ਨਿਚਲ ਹੋਵੇ ਰਾਜ ਕਿ ਜਿਹੜਾ ਬਿਲਕੁਲ ਕਮਜ਼ੋਰ ਬਲਹੀਨ ਦੁਬਲਾ ਜਿਸ ਨੂੰ ਭੁੱਖ ਨੰਗ ਸਤਾ ਰਹੀ ਹੈ ਜਿਦੇ ਪੱਲੇ ਇੱਕ ਦਮੜਾ ਵੀ ਨਹੀਂ ਹੈ ਕੋਈ ਸਹਾਰਾ ਦੇ ਕੇ ਜਾਂ ਕੰਫਰਟ ਦੇਣ ਵਾਲਾ ਵੀ ਨਹੀਂ ਹੈ ਔਰ ਇਹ ਸਾਰੇ ਚੋਂ ਜਿੱਥੇ ਤੁਹਾਡੀਆਂ ਸਾਰੀਆਂ ਜੜੀਆਂ ਹੋਪਸ ਡੈਸ਼ ਨੇ ਟੂ ਦਾ ਗਰਾਉਂਡ ਔਰ ਹੋਰ ਤੁਹਾਡੇ ਪੱਲੇ ਕੁਝ ਨਹੀਂ ਹੈ ਜੇ ਉਸ ਵੇੜੇ ਉਹਨਾਂ ਪਲਾਂ ਚ ਵੀ ਵਾਹਿਗੁਰੂ ਨੂੰ ਅਸੀਂ ਯਾਦ ਕਰੀਏ ਤਾਂ ਫਿਰ ਜੋ ਤੁਹਾਡੇ ਕੋਲ ਉਹ ਕੁਝ ਆਏਗਾ ਜਿਹਦੇ ਥੱਲੇ ਤੁਸੀਂ ਨਹੀਂ ਚੱਲ ਰਾ ਜਦੋਂ ਵਾਹਿਗੁਰੂ ਦੀ ਯਾਦ ਆ ਜਾਂਦੀ ਹੈ ਦੇ ਵੈਗ੍ਰੂਤਾ ਸਾਰੇ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਉਹ ਆਪਣੇ ਆਪ ਤੁਸੀਂ ਹਾਸਲ ਕਰ ਲੈਂਦੇ ਹੋ ਜਾਂ ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ ਗ੍ਰਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਗੌਣ ਕਰੇ ਚੌਕੁੰਟਕਾ ਘੜੀ ਨਾ ਬੈਸਣ ਸੋਏ ਚਿਤ ਆਵੇ ਉਸ ਪਾਰ ਬ੍ਰਹਮ ਤਨਮਨ ਸੀਤਲ ਹੋਏ ਜਿਹਨੂੰ ਬਹੁਤ ਚਿੰਤਾ ਵਿਆਪ ਰਹੀ ਹੈ ਦੇਹ ਦੇ ਵਿੱਚ ਰੋਗ ਨੇ ਸਰੀਰ ਬਿਮਾਰੀਆਂ ਦਾ ਸ਼ਿਕਾਰ ਹੈ ਸਾਰੇ ਜਿਹੜਾ ਕੁਟੰਬ ਹੈ ਫੈਮਿਲੀ ਹੈ ਇਹ ਸਾਰੀ ਜਿਹੜੀ ਹੈ ਕੋਈ ਵੀ ਜਿਹੜੀ ਹੈ ਉਹ ਨਾਲ ਨਹੀਂ ਖਲੋਤੀ ਹੋਈ ਔਰ ਇਸ ਸਾਰੇ ਚ ਉਹ ਉਸ ਹਾਲਤ ਤੱਕ ਪਹੁੰਚ ਜਾਂਦਾ ਹੈ ਕਿ ਜੇ ਉਹ ਰੱਬ ਨੂੰ ਯਾਦ ਕਰੇ ਤਾਂ ਫਿਰ ਇਹ ਸਾਰਾ ਕੁਝ ਹੀ ਬੁਲੇਟਿਆ ਜਾਂਦਾ ਹੈ ਉਹ ਹਾਲਤ ਮਾਨਸਿਕ ਹੁੰਦੀ ਹੈ ਕਿ ਹਰਕਤ ਤੇ ਸੋਚੋਂ ਨਿਕਲ ਜਾਂਦਾ ਹੈ ਔਰ ਇਹ ਜਿਹੜਾ ਚਾਰਾਂ ਕੁੰਟਾਂ ਚ ਭੰਦਾ ਫਿਰਦਾ ਹੈ ਜਿਹਦਾ ਮਨ ਟਿਕਦਾ ਨਹੀਂ ਹੈ ਜੇ ਉਹ ਪਾਰਬ੍ਰह्म ਦੇ ਵਿੱਚ ਚਿਤ ਆਵੇ ਉਸ ਪਾਰਬ੍ਰਮ ਤਨ ਮਨ ਸੀਤਲ ਹੋਏ ਉਹਦਾ ਤਨ ਵੀ ਮਨ ਵੀ ਠੰਡਾ ਠਾਰ ਹੁੰਦਾ ਕਾਮ ਕ੍ਰੋਧ ਮੋਹ ਵਸ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਲਵਿਕ ਉਨ ਅਗ ਕੀਏ ਹੋਆ ਅਸੁਰ ਸੰਗਾਰ ਪੋਥੀ ਗੀਤ ਕਵਿਤ ਕਿਛ ਕਦੇ ਨਾ ਕਰਨ ਧਰਿਆ ਚਿਤ ਆਵੇ ਉਸ ਪਾਰਬ੍ਰਮ ਤਾਂ ਨਿਮਕ ਸਿਮਰਤ ਧਰਿਆ ਕਿ ਜਿਹੜਾ ਕਾਮ ਕ੍ਰੋਧ ਦੇ ਵਿੱਚ ਫਸਿਆ ਹੋਇਆ ਹੈ ਬਹੁਤ ਜਿਹੜਾ ਦੁਨਿਆਵੀ ਲੋਭ ਔਰ ਪਿਆਰ ਦੇ ਵਿੱਚ ਉਹ ਕਿਰਪਨ ਹੈ ਬਿਲਕੁਲ ਕੰਜੂਸ ਹੈ ਔਰ ਚਾਰੋਂ ਪਾਸੇ ਜਿਹੜਾ ਉਸ ਤੇ ਦੁਖ ਤੋਂ ਬਿਨਾ ਉਹਦੇ ਕੋਲ ਹੋਰ ਕੁਝ ਨਹੀਂ ਹੈ ਪਰ ਜੇ ਉਹ ਰੱਬ ਦੀ ਟੇਕ ਲੈਂਦਾ ਤੇ ਫਿਰ ਅਸੁਰ ਸੰਗਾਰ ਜਿਹੜਾ ਰਾਖਸ਼ਾਂ ਦਾ ਨਾਸ ਕਰਨ ਵਾਲਾ ਰੱਬ ਹੈ ਇਹ ਜਿਹੜਾ ਉਸ ਦਾ ਰੱਖਿਆ ਕਰਦਾ ਪੋਥੀ ਗੀਤ ਕਵਿਤ ਕਿਛ ਕਦੇ ਨਾ ਕਰਨ ਉਹ ਲੋਕ ਜਿਨ੍ਹਾਂ ਨੇ ਕਦੇ ਕੋਈ ਧਾਰਮਿਕ ਪੁਸਤਕ ਜਾਂ ਕੋਈ ਰੋਹਾਨੀ ਡਿਸਪਲਨ ਉਸਵਾਲ ਕਦੇ ਆਪਣਾ ਕੰਨ ਨਹੀਂ ਧਰਿਆ ਪਰ ਚਿਤ ਆਵਿਆ ਉਸ ਪਾਰਬ੍ਰਹਮਤਾ ਨਿਮਕ ਸਿਮਰਤ ਧਰਿਆ ਜੇ ਇੱਕ ਪਲ ਲਈ ਵੀ ਉਸ ਵਾਇਗਰੂ ਨੂੰ ਯਾਦ ਕਰੇ ਤੇ ਫਿਰ ਉਹ ਡੁੱਬਦਾ ਵੀ ਤਰ ਜਾਂਦਾ ਹੈ ਸਾਸਤ ਸਿਮਰਤ ਭੇਦ ਚਾਰ ਮੁਖਾਗਰ ਵਿਚਰੇ ਤਪੇ ਤਪੀਸਰ ਜੋਗੀਆਂ ਤੀਰਥ ਗਵਨ ਕਰੇ ਖਟ ਕਰਮਾਂ ਤੇ ਦੁਗਣੇ ਪੂਜਾ ਕਰਤਾ ਨਾਏ ਰੰਗ ਨਾ ਲੱਗੀ ਪਾਰਬ੍ਰਹਮਤਾ ਸਰਪਰ ਨਰਕੇ ਜਾਏ ਹੁਣ ਪਹਿਲੇ ਜਿਹੜੇ ਚਾਰ ਪਾਦ ਨੇ ਉਹਨਾਂ ਚ ਤਾਂ ਉਹਨਾਂ ਦੀ ਵਿਚਾਰ ਕੀਤੀ ਜਿਹੜੇ ਬਿਲਕੁਲ ਅਭਿਜਸੀ ਰੋਹਾਨੀਅਤ ਤੋਂ ਔਰ ਬਿਲਕੁਲ ਦੂਸਰੇ ਰੁਖ ਸੀ ਹੁਣ ਉਹਨਾਂ ਦਾ ਜ਼ਿਕਰ ਹੈ ਜਿਹੜੇ ਬੜੇ ਸਕਾਲਰਲੀ ਲੋਕ ਨੇ ਜਿਨ੍ਹਾਂ ਨੇ ਸ਼ਾਸਤਰ ਸਿਮਰਤ ਵੇਦ ਚਾਰੋ ਹੀ ਉਹਨਾਂ ਨੂੰ ਜ਼ਬਾਨੀ ਯਾਦ ਨੇ ਤਪ ਕਰਨ ਵਾਲੇ ਤਪੀਸਰ ਨੇ ਜੋਗੀ ਨੇ ਤੀਰਥਾਂ ਦੇ ਉੱਤੇ ਗਵਣ ਕਰਨ ਵਾਲੇ ਨੇ ਜਿਹੜੇ ਖਟ ਕਰਮ 6 ਕਰਮ ਤੇ ਦੂਸਰੇ ਪੂਜਾ ਆਦ ਸਭ ਕੁਝ ਕਰਦੇ ਨੇ ਪਰ ਗੁਰੂ ਸਾਹਿਬ ਯਾਦ دہਾਨੀ ਕਰਦੇ ਨੇ ਕਿ ਜੇ ਪਾਰਬ੍ਰਮ ਦਾ ਰੰਗ ਨਹੀਂ ਲੱਗਾ ਅੰਦਰੋਂ ਮੁਹੱਬਤ ਵਾਹਿਗੁਰੂ ਦੇ ਨਾਲ ਨਹੀਂ ਹੋਈ ਤਾਂ ਸਰਪਰ ਨਰਕੇ ਜਾਏ ਸਰਪਰ ਹੁੰਦਾ ਜ਼ਰੂਰ ਅਵਸ਼ ਮਸਟ ਫਿਰ ਜਿਹੜਾ ਨਰਕ ਹੈ ਉਹ ਉਹਨਾਂ ਨੂੰ ਵੇਟ ਕਰ ਰਿਆ ਹੁੰਦਾ ਰਾਜ ਮਿਲਕ ਸਿਕਦਾਰੀਆਂ ਰਸ ਭੋਗਣ ਵਿਸਥਾਰ ਬਾਗ ਸੁਹਾਵੇ ਸੋਹਣੇ ਚੱਲੇ ਹੁਕਮ ਆਫਾਰ ਰੰਗ ਤਮਾਸ਼ੇ ਬਹੁ ਵਿਧੀ ਚਾਏ ਲੱਗ ਰਿਹਾ ਹੈ ਜਿਤਨਾ ਆयो 파ਰਮ ਤਾਂ ਸਰਬ ਕੀ ਜੂਨ ਗਏ ਕਿ ਜਿਹਦੇ ਕੋਲ ਰਾਜ ਹੈ ਬੜੀਆਂ ਬੜੀਆਂ ਪ੍ਰਾਪਰਟੀਆਂ ਨੇ ਸਿਕਦਾਰ ਹੈ ਇਹ ਆਸ਼ੀ ਦੇ ਸਾਰੇ ਸਮਾਨ ਨੇ ਬੜੇ ਸੋਹਣੇ ਸੋਹਣੇ ਬਾਗ ਨੇ ਜਿਨ੍ਹਾਂ ਦਾ ਹੁਕਮਚਾਰ ਚ ਫੇਰੇ ਚੱਲਦਾ ਹੈ ਰੰਗ ਤਮਾਸ਼ਿਆਂ ਦੇ ਵਿੱਚੋਂ ਸਾਰੀ ਜ਼ਿੰਦਗੀ ਗੁਜ਼ਾਰਦੇ ਨੇ ਜੇ ਉਹਨਾਂ ਨੂੰ ਵੈਗਰੂ ਯਾਦ ਨਹੀਂ ਆਉਂਦਾ ਤੇ ਫੇਰ ਉਹ ਸੱਪ ਦੀ ਤਰ੍ਹਾਂ ਜ਼ਿੰਦਗੀ ਜੀਰੇ ਹੁੰਦੇ ਨੇ ਉਹਨਾਂ ਦੇ ਲਈ ਸੱਪ ਦੀ ਜੂਨ ਹੈ ਬਹੁਤ ਧਨਾੜ ਅਚਾਰਵੰਤ ਸੋਭਾ ਨਿਰਮਲ ਰੀਤ ਮਾਤ ਪਿਤਾ ਸੁਤ ਪਾਈਆਂ ਸਾਜਨ ਸੰਗ ਪ੍ਰੀਤ ਲਸ਼ਕਰ ਤਰਕਸ ਬੰਦ ਬੰਦ ਜਿਉ ਜਿਉ ਸਗਲੀ ਕੀਤ ਚਿਤ ਨਾ ਆਇਓ ਪਾਰ ਬ੍ਰਹਮ ਤਖੜ ਰਸਾਤਲ ਦੀ ਕਿ ਬਹੁਤ ਕੋਈ ਤਨਹਾੜ ਹੋਏ ਬੜਾ ਆਚਾਰਵੰਤ ਬੜਾ ਉਦੀ ਸੋਭਾ ਹੋਏ ਉਹ ਮਾਤ ਮਾਂ ਪਿਓ ਭਰਾ ਉਹਨਾਂ ਸਾਰਿਆਂ ਦੇ ਨਾਲ ਜਿਹੜਾ ਪ੍ਰੀਤ ਪਾਲ ਰਿਹਾ ਉਹਦੇ ਕੋਲ ਬੜੇ ਹਥਿਆਰਬੰਦ ਲਸ਼ਕਰ ਨੇ ਵੈਲ ਇਕਵਿਪਡ ਤਰਕਸ ਬੰਨ ਹੁੰਦਾ ਜਿਨ੍ਹਾਂ ਦੇ ਤੀਰ ਕਮਾਨ ਪੂਰੇ ਲਸ਼ਕਰ ਬੰਦ ਹੈ ਜਿਨ੍ਹਾਂ ਦੇ ਅੱਗੇ ਜੀ ਜੀ ਕਰਨ ਵਾਲੇ ਸਾਰੇ ਪਾਸੇ ਨੇ ਪਰ ਜੇ ਉਹਨਾਂ ਨੂੰ ਵਾਇਗਰੂ ਦਾ ਨਾਮ ਚਿਤ ਨਹੀਂ ਆਂਦਾ ਤਾਂ ਅਲਟੀਮੇਟਲੀ ਉਹ ਨਰਕ ਦੇ ਵਿੱਚ ਸੜਦੇ ਨੇ ਰਸਾਤਲ ਨਰਕ ਨੂੰ ਕਹਿੰਦੇ ਨੇ ਕਾਇਆ ਰੋਗ ਨਾ ਛਿਧਰ ਕਿਛ ਨਾ ਕਿਛ ਕਾੜਾ ਸੋਗ ਮਿਰਤਨਾ ਆਵੀ ਚਿਤ ਤਿਸ ਅਹਨਸ ਭੋਗੇ ਭੋਗ ਸਭ ਕਿਛ ਕੀਤਨ ਆਪਣਾ ਜੀਨ ਸੰਕ ਸ਼ੰਕ ਧਰਿਆ ਚਿਤਨਾ ਆयो पारब्रह्म ਜਮ ਕੰਕਰ ਵਸ ਪਰੇ ਕਿ ਜੇ ਤੁਹਾਡੇ ਕੋਲ ਇਸ ਕਿਸਮ ਦਾ ਵੀ ਸਰੀਰ ਹੈ ਜਿਹਦੇ ਚ ਕੋਈ ਬਿਮਾਰੀ ਨਹੀਂ ਹੈ ਕੋਈ ਤੁਹਾਨੂੰ ਫਿਕਰ ਫਾਕਾ ਨਹੀਂ ਹੈ ਔਰ ਤੁਹਾਨੂੰ ਆਪਣਾ ਜਿਹੜਾ ਮੌਤ ਦਾ ਵੀ ਡਰ ਭੁੱਲਿਆ ਹੋਇਆ ਪਰ ਇੱਕ ਗੱਲ ਦਾ ਧਿਆਨ ਰਹੇ ਕਿ ਤੁਸੀਂ ਜਦੋਂ ਉਸ ਕਿਸਮ ਦੀ ਜ਼ਿੰਦਗੀ ਭੋਗ ਰਹੇ ਹੁੰਦੇ ਹੋ ਤੇ ਫਿਰ ਇੱਕ ਸਟੇਜ ਆਉਂਦੀ ਹੈ ਕਿ ਤੁਹਾਡੇ ਅੰਦਰ ਹੀ ਇਹ ਮਨ ਦੇ ਅੰਦਰ ਇਹ ਸ਼ੰਕਾ ਪੈਦਾ ਹੁੰਦਾ ਔਰ ਉਹ ਸ਼ੰਕਾ ਤਾਂ ਹੀ ਦੂਰ ਹੋਏਗਾ ਜੇ ਵਾਹਿਗੁਰੂ ਦਾ ਨਾਂ ਚਿਤਾਏ ਨਹੀਂ ਤਾਂ ਜਮ ਕੰਕਰ ਵਸ ਪਰਿਆ ਨਹੀਂ ਤਾਂ ਤੁਸੀਂ ਜਮਾਂ ਦੇ ਵਸ ਪਵੋਗੇ ਔਰ ਅਖੀਰਲਾ ਕਿਉਂਕਿ ਲੰਬਾ ਸ਼ਬਦ ਸੀ ਨੌ ਪਦਿਆਂ ਦਾ ਔਰ ਨੌਵਾਂ ਪਦ ਹੈ ਕਿਰਪਾ ਕਰੇ ਜਿਸ ਪਾਰ ਭ੍ਰਮ ਹੋਵੇ ਸਾਧੂ ਸੰਗ ਜਿਉਂ-ਜਿਉਂ ਉਹ ਵਧਾਈ ਹੈ ਤਿਉਂ-ਤਿਉਂ ਹਰਿ ਸਿਉਂ ਰੰਗ ਦੋਹਾਂ ਸਿਰਿਆਂ ਕਾ ਖਸਮ ਆਪ ਆ ਵਰਨਾ ਦੂਜਾ ਥਾਓ ਸਤਗੁਰ ਤੁਠੇ ਪਾਇਆ ਨਾਨਕ ਸਚਾ ਨੋ ਕਿ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਜਿਸ ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਰੱਬ ਦੇ ਪਿਆਰਿਆਂ ਦੀ ਗੁਰਮੁਖਾਂ ਦੀ ਸਾਧੂਆਂ ਦੀ ਭਲਿਆਂ ਲੋਕਾਂ ਦੀ ਸੰਗਤ ਮਿਲਦੀ ਹੈ ਜਿਉਂ-ਜਿਉ ਤੁਸੀਂ ਉਸ ਸੰਗਤ ਦਾ ਆਨੰਦ ਮਾਣਦੇ ਹੋ ਤਿਉਂ-ਤਿਉ ਤੁਹਾਡੇ ਅੰਦਰ ਵਾਹਿਗੁਰੂ ਦੇ ਪਿਆਰ ਦਾ ਰੰਗ ਹੋਰ ਗੂੜਾ ਹੁੰਦਾ ਹੈ ਰੰਗ ਚਲੂਲਾ ਹੁੰਦਾ ਹੈ ਔਰ ਇਹ ਜਿਹੜਾ ਵਾਹਿਗੁਰੂ ਹੈ ਉਹ ਦੋਨੋਂ ਹੀ ਦੁਨੀਆਂ ਦਾ ਇਹ ਵੀ ਔਰ ਪਰਲੋਕ ਵੀ ਦੋਹਾਂ ਸ੍ਰੀਆਂ ਦਾ ਖਸਮ ਆ ਉਹ ਆਪ ਹੀ ਦੋਨਾਂ ਜਹਾਨਾਂ ਦਾ ਮਾਲਕ ਹੈ ਕੋਈ ਦੂਜਾ ਉਹਦੇ ਬਰਾਬਰ ਨਹੀਂ ਹੈ ਪਰ ਪੰਜਵੇਂ ਨਾਨਕ ਗੁਰੂ ਅਰਜਨ ਪਾਤਸ਼ਾਹ ਯਾਦ ਦਾਹ ਨਹੀਂ ਕਰਵਾਉਂਦੇ ਨੇ ਸਤਗੁਰ ਤੁਠਾ ਪਾਇ ਕਿ ਜੇ ਸਤਗੁਰ ਰਹਿਮਤ ਕਰਨ ਫੇਰ ਹੀ ਦੋਹਾਂ ਜਹਾਨਾਂ ਦੇ ਵਾਲੀ ਉਸ ਰੰਕਾਰ ਨੂੰ ਦੇ ਦیدار ਹੁੰਦੇ ਨੇ ਨਾਨਕ ਸੱਚਾ ਨਾਮ ਫੇਰ ਉਸ ਵਾਹਿਗੁਰੂ ਦੇ ਸੱਚੇ ਨਾਮ ਦੀ ਪ੍ਰਾਪਤੀ ਹੁੰਦੀ ਹੈ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦੇ ਅਮਿਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਸੋ ਇਸ ਨਾਲ ਆਪਣੀ ਵੀਅਰਜ਼ ਕੋਲ ਲੈਨੇ ਇਜਾਜ਼ਤ ਵੀਅਰਜ਼ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੀ رائے ਤੇ ਸੁਝਾਅ ਸਾਨੂੰ ਭੇਜਣਾ ਫਿਲਣਾ ਸਾਡੇ ਪਤੇ ਤੇ SOS TV 4 TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫੇਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਇਥੇ ਆਪਣਾ ਸੁਨਾਗਿਆ ਦਿਓ ਦੇਖਦੇ ਰਹੋ TV 4 ਪੁਲਾਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰਾਖਾ